ਗੱਲ ਆ ਗਈ ਡਰੀਮਾਂ ਦੀ ਇੱਕ ਡ੍ਰੀਮ ਜਦੋਂ ਹਨਾ ਮੇਰਾ ਇੱਕ ਡ੍ਰੀਮ ਤਾਂ ਸ਼ੁਰੂ ਤੋਂ ਮੈਂ ਮੇਰਾ ਵੀਰ ਲੱਗਦਾ ਉਹਨੂੰ ਤਾਂ ਹੁਣ ਬਲੌਗ ਮੇਰਾ ਦੇਖਦਾ ਉਹ ਉਹਨੂੰ ਤਾਂ ਪਤਾ ਲੱਗ ਜਾਣਾ ਹਨਾ ਮੈਂ ਕਿਹੜੀ ਗੱਲ ਕਰੀ ਆ ਅੱਜ ਤੇ 10 ਸਾਲ ਪਹਿਲਾਂ ਮੇਰੀ ਉਹਦੇ ਨਾਲ ਇਦਾਂ ਹੀ ਬਹੁਤ ਦਿਲ ਦੀ ਸਾਹਜ ਆਸੀਂ ਬਹੁਤ ਵਧੀਆ ਵਧੀਆ ਗੱਲਾਂ ਹਨਾ ਦੁਨੀਆਦਾਰੀ ਦੀਆਂ ਸਾਰੀਆਂ ਅਸੀਂ ਇੱਕ ਦੂਜੇ ਨਾਲ ਕਰਦੇ ਆ ਕਿਉਂਕਿ ਜਿੱਥੇ ਨਾ ਵਿਚਾਰ ਮਿਲਦੇ ਆ ਉੱਥੇ ਤੁਸੀਂ ਦਿਲ ਖੋਲ ਕੇ ਗੱਲਾਂ ਕਰ ਸਕਦੇ ਆ ਜਿੱਥੇ ਤੁਹਾਡੀ ਮੱਤੇ ਨਹੀਂ ਮਿਲਦੀ ਹੈ ਨਾ ਉੱਥੇ ਤੁਸੀਂ ਗੱਲ ਕਰਕੇ ਕੋਈ ਫਾਇਦਾ ਨਹੀਂ ਹੋਏਗਾ ਤੁਸੀਂ ਇੱਧਰ ਨੂੰ ਦੂਏ ਰੋਡ ਜਾਂਦੇ ਆ ਉਹ ਦੂਜੇ ਰੋਡ ਵੱਡ ਜਾਂਦਾ ਬੰਦਾ ਜਾ ਕੇ ਠੀਕ ਆ ਉਹ ਬੰਦੇ ਨਾਲ ਦਿਲ ਸਾਂਝਾ ਕਰਨਾ ਚਾਹੀਦਾ ਹੈ ਉਹ ਬੰਦੇ ਨਾਲ ਉਹ ਗੱਲਾਂ ਕਰਨੀਆਂ ਚਾਹੀਦੀਆਂ ਜਿਹੜਾ ਸੋਚ ਢੋਡੇ ਵਰਗੀ ਰੱਖਦਾ ਪਰ ਮੇਰੀ ਆਦਤ ਤਾਂ ਇਦਾਂ ਦੀ ਹੈ ਮੇਰਾ ਸੁਭਾਅ ਇਦਾਂ ਦਾ ਜਿੱਦਾਂ ਦਾ ਬੰਦਾ ਹੈ ਮੈਂ ਉਦਾਂ ਦਾ ਬਣ ਜਾਂਦਾ ਬੱਚੇ ਨਾਲ ਬੱਚਾ ਬਜ਼ੁਰਗ ਨਾਲ ਬਜ਼ੁਰਗ ਠੀਕ ਆ ਮੇਰਾ ਖਾਬ ਤਾਂ ਕਿ ਮੈਂ ਜਿਹੜਾ ਵਿਆਹ ਏ ਉਹ ਚੁੰਨੀ ਚੜਾ ਕੇ ਕਰਾਵਾਂ ਠੀਕ ਆ ਮੈਂ ਕੁਸ਼ਣਾਂ ਲਵਾ ਮੈਂ 0 ਪੈਸੇ ਲਵਾਵਾ ਆਪਣੇ ਸਹੁਰਿਆਂ ਤੇ ਬਟ ਉਹ ਜਿਹੜੀ ਕੋਸ਼ਿਸ਼ ਕਰੀ ਸੀ ਮੈਂ ਫਿਲਹਾਲ ਉਹਦੇ ਵਿੱਚ ਮੈਂ ਤਕਰੀਬਨ 60% ਕਾਮਯਾਬ ਹੋ ਗਿਆ ਤਾਂ 40% ਮੈਂ ਕਾਮਯਾਬ ਨਹੀਂ ਹੋਇਆ ਮੈਂ ਘਰਾਂ ਕਿਹਾ ਹਨਾ ਮੈਂ ਹੋਰ ਸਾਰੇ ਸਰਕਲ ਚ ਕਿਹਾ ਨਾ ਕਿ ਮੈਂ ਇਦਾਂ ਇਦਾਂ ਕਰਕੇ ਕਰਾਉਣਾ ਪਰ ਮੰਨੇ ਨਹੀਂ ਹੈਗੇ ਮੇਰੇ ਉਪਰ ਬਹੁਤ ਜ਼ਿਆਦਾ ਦਬਾਅ ਪਾਇਆ ਮੇਰਾ ਉਹ ਨਾ ਖਾਬਾ ਜਿਹੜਾ ਅੱਧ ਬ੍ਰਿੰਡਾ ਜਿਹਾ ਰਹਿ ਗਿਆ ਉਹ ਕੰਮ ਮੇਰਾ ਮੇਰੀ ਆਦਤ ਤਾਂ ਸ਼ੁਰੂ ਤੇ ਹੈ ਨਾ ਪਤਾ ਨਹੀਂ ਇਹ ਖਾਨਦਾਨੀ ਸਾਡੇ ਹੈ ਨਾ ਬਜ਼ੁਰਗਾਂ ਦੀ ਆਦਤ ਸੀ ਮੈਨੂੰ ਇਹ ਗੱਲ ਦਾ ਨੌਲੇਜ ਨਹੀਂ ਹੈਗੀ ਮੈਂ ਕਿਸੇ ਦਾ 1 ਰੁਪਿਆ ਜਾਂ 50 ਪੈਸੇ ਵੀ ਦੱਬ ਕੇ ਮੈਂ ਬਹੁਤ ਜ਼ਿਆਦਾ ਤੰਗ ਰਹਿਣਾ ਮੈਂ ਦੱਬ ਨਹੀਂ ਸਕਦਾ ਨਾ ਮੈਂ ਦੱਬਿਆ ਕਦੇ ਹੁਣ ਤਾਂ ਹੀ ਠੀਕ ਆ ਮੈਂ ਡਿਸਾਈਡ ਕਰਿਆ ਹਨਾ ਮੈਂ ਕਿ ਪੈਸੇ ਨਹੀਂ ਲਗਾਉਣੇ ਹੈਗੇ ਕਿਸੇ ਦੇ ਹਨਾ ਜਿਹਨੇ ਧੀ ਦੇਤੀ ਉਹਨਾਂ ਸਾਰਾ ਕੁਝ ਦੇ ਦਿੱਤਾ ਇਹ ਗੱਲਾਂ ਕਹਿਣ ਦੇ ਵਿੱਚ ਬਹੁਤ ਸੌਖੀਆਂ ਲੱਗਦੀਆਂ ਪਰ ਜਦੋਂ ਤੁਸੀਂ ਕਰਦੇ ਆ ਨਾ ਤੁਹਾਡੇ ਨਾਲ ਸਾਰਾ ਜਮਾਨਾ ਜਮਾਨਾ ਮਤਲਬ ਕਿ ਤੁਹਾਡਾ ਸਰਕਲ ਸਾਰਾ ਤੁਹਾਡਾ ਵਿਰੋਧ ਕਰੂਗਾ ਤੁਹਾਡੇ ਨਾਲ ਜੈਲਸ ਕਰੂਗਾ ਹਨਾ ਔਰੇ ਬਹੁਤ ਵੱਡੀ ਵਿੜਾਈ ਸਮਝਦੇ ਆ ਲੋਕ ਕਿ ਕੁੜੀ ਵਾਲਿਆਂ ਦਾ ਖਰਚਾ ਕਰਾ ਕੇ ਆਪਣੇ ਆਪ ਨੂੰ ਬਹੁਤ ਤਕੜੇ ਹਨਾ ਚੀਜ਼ਾਂ ਸਮਝਦੇ ਆ ਕਿ ਅਸੀਂ ਬਹੁਤ ਵਧੀਆ ਘੈਂਟ ਬੰਤੇ ਆ ਠੀਕ ਆ ਮੈਂ ਇਹ ਕਰ ਲਿਆ ਮੈਂ ਲੋਕਡਾਊਨ ਤਾਂ ਮੈਂ ਘਰਦਿਆਂ ਨੂੰ ਬਥੇਰਾ ਕਿਹਾ ਕਿ ਲੋਕਡਾਊਨ ਦਾ ਬਹਾਨਾ ਬਣਾ ਕੇ ਤੁਸੀਂ ਰਹਿਣ ਦੋ ਹਨਾ ਇਹ ਕੋਰੋਨਾ ਇੰਨੇ ਪੈਸੇ ਦੇ ਵਿੱਚ ਮੈਂ ਸਾਰੀ ਉਮਰ ਵਧੀਆ ਐਨ ਸਹਰਾ ਜ਼ਿੰਦਗੀ ਲੰਘ ਜੂਗੀ ਮੇਰੀ ਇਹ ਮੇਰੀ ਤਮੰਨਾ ਸੀ ਹਨਾ ਕਿ ਮੈਂ ਉੱਧਰ ਤੇ ਵੀ ਖਰਚਾ ਨਾ ਕਰਾਵਾਂ ਪਰ ਮੇਰੇ ਘਰ ਦੇ ਮੰਨੇ ਨਹੀਂ ਮੈਂ ਅੜਿਆ ਰਿਹਾ ਅੜਿਆ ਰਿਹਾ ਫਿਰ ਮੈਂ ਡਿਸਾਈਡ ਕਰਿਆ ਕਿ ਘਰਾਂ ਪਾਰਟੀ ਰੱਖ ਲੰਨੇ ਆ ਮੈਂ ਘਰਾਂ ਪਾਰਟੀ ਰੱਖੀ ਆ ਨਾ ਆਪਣਾ ਦਮ ਪਰ ਖਰਚਾ ਕਰਿਆ ਮੈਂ ਉਧਰ ਤੇ ਇੱਕ ਰੈਸਟੋਰੈਂਟ ਕਰਵਾਇਆ ਮੈਂ ਆਪਣੇ ਜੋਰ ਤੇ ਕਹਿ ਕੇ ਸਪੈਸ਼ਲ ਕਿ ਇੱਕ ਰੈਸਟੋਰੈਂਟ ਕਰੋ तकरीबन 40 ਕੇ ਬੰਦੇ ਆਉਣਗੇ ਸਾਡੇ ਠੀਕ ਆ ਕਰਾ ਕੇ ਮੈਂ ਕਰ ਲਿਆ ਉਹ ਸਾਰਾ ਸਿਸਟਮ ਨਾ 40 ਕੇ ਬੰਦੇਾਂ ਦਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਬਹੁਤ ਜ਼ਿਆਦਾ ਘੱਟ ਪੈਸੇ ਦੇ ਵਿੱਚ ਸਾਰੇ ਉਹਨਾਂ ਦਾ ਬਟ ਮੈਨੂੰ ਦੁੱਖ ਵੀ ਇਹ ਹੈ ਕਿ ਮੈਂ ਉੰਨੇ ਕ ਵੀ ਕਿਉਂ ਲਵਾਏ ਮੇਰਾ ਇਹ ਖਾਬਤਾ ਉਹ ਜਿਹੜਾ ਮਰ ਗਿਆ ਮੈਂ ਉਹ ਖਾਬ ਨੂੰ ਹਜੇ ਵੀ ਪੂਰਾ ਕਰ ਸਕਦਾ ਉਹ ਮੈਂ ਤੁਹਾਨੂੰ ਦੱਸੂਗਾ ਕਿਵੇਂ ਕਰ ਸਕਦਾ ਠੀਕ ਆ ਮੇਰੇ ਮੇਰੇ ਨੇੜੇ ਤੇੜੇ ਵਾਲੇ ਬੰਦੇ ਮੇਰੇ ਨਾਲ ਉਹਰੇ ਤਰ੍ਹਾਂ ਟਰੀਟ ਕਰਨ ਲੱਗ ਗਿਆ ਜਿੱਦਾਂ ਮੈਂ ਬਹੁਤ ਬੜਾ ਗਨਾਹ ਕਰਤਾ ਹੁੰਦਾ ਠੀਕ ਆ ਮੈਂ ਕਿਸੇ ਦਾ ਭਲਾ ਕਰਿਆ ਹਨਾ ਅੱਜ ਦੇ ਟਾਈਮ ਫਿਰ ਮਨ ਕਰਦਾ ਕਿ ਯਾਰ ਕਿਸੇ ਦਾ ਭਲਾ ਨਾ ਕਰੋ ਹਨਾ ਕਿ ਐਦਾਂ ਦੀ ਜੈਲਸੀ ਫੈਕਟਰ ਬਹੁਤ ਜ਼ਿਆਦਾ ਵਧਾ ਛੋਡੇ ਦੁਨੀਆਦਾਰੀ ਦੇ ਵਿੱਚ ਮੈਂ ਫਿਰ ਚਲੋ ਇਸ ਬਹੁਤ ਘੱਟ ਖਰਚਾ ਕਰਾਇਆ ਮੈਂ ਖੁਸ਼ ਹਾਂ ਮੈਂ ਮੈਨੂੰ ਇੱਕ ਇੱਕ ਪ੍ਰਾਉਡ ਆ ਕਿ ਮੈਂ ਦੁਨੀਆ ਨਾਲੋਂ ਅਲੱਗ ਆ ਪਰ ਮੇਰੀ ਨਾਲ ਕਿਉਂਕਿ ਮੈਂ ਕੱਲਾ ਕੱਲਾ ਜਵਾਕ ਤਾਂ ਕਰਦਿਆਂ ਦਾ ਤਾਂ ਕਰਕੇ ਮੇਰੇ ਘਰਦਿਆਂ ਦੇ ਵੀ ਥੋੜੇ ਜਿਹਾ ਡਰੀਮ ਤੇ ਉਹਦੇ ਕਰਕੇ ਮੈਨੂੰ ਮਾੜਾ ਮੋਟਾ ਕਰਨਾ ਪਿਆ ਆ ਬਲੌਗ ਆਪਣਾ ਨਾ ਉਹ ਵੀਰ ਨੇ ਦੇਖ ਤਾਂ ਲਿਆ ਹੋਣਾ ਹੈ ਨਾ ਦੇਖ ਲੂਗਾ ਅੱਜ ਦੇ 10 ਸਾਲ ਪਹਿਲਾਂ ਸਾਡੇ ਇੱਥੇ ਗੱਲ ਚੱਲਦੀ ਸੀ ਦਾਜ ਦੇ ਜਿੱਤੇ ਹੈ ਨਾ ਕਿ ਕਿਦਾਂ ਕਿਲੇ ਕਰਨਾ ਨਹੀਂ ਚਾਹੀਦਾ ਮੈਂ ਕਹਿ ਰਿਹਾ ਤਾਂ ਕਿ ਇਦਾਂ ਲੈਣਾ ਨਹੀਂ ਚਾਹੀਦਾ ਅੱਜ ਦੇ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਇਹ ਚੀਜ਼ ਦਾ ਨਾ ਕਿ ਨਾ ਲਓ ਹੈ ਨਾ ਉਤੇ ਬਾਅਦ ਵਿੱਚ ਫਿਰ ਕੀ ਹੋਇਆ ਉਹ ਕਹਿੰਦਾ ਕੋਈ ਨਹੀਂ ਵੀਰ ਨੇ ਇੱਕ ਬਾਡਿੰਗ ਕਹੀ ਮੈਨੂੰ ਕਹਿੰਦਾ ਕੋਈ ਨਹੀਂ ਜਦੋਂ ਤੇਰਾ ਹੋਊਗਾ ਨਾ ਜਦ ਦੇਖेंगे ਹੈ ਨਾ ਕਿ ਤੇਤੇ ਹਟ ਨਹੀਂ ਹੋਣਾ ਉਹ ਮੇਰਾ ਮਾਈਂਡ ਉਹ 10 ਸਾਲ ਪਹਿਲਾਂ ਵੀ ਇਦਾਂ ਦਾ ਤਾਂ ਹੁਣ ਵੀ ਇਦਾਂ ਦਾ ਹੀ ਹੈ ਮੈਨੂੰ ਹੁਣ ਨਹੀਂ ਹੋਇਆ ਚੇਂਜ ਠੀਕ ਆ ਉਹਨੂੰ ਤਾਂ ਵੀਰ ਨੂੰ ਤਾਂ ਪਤਾ ਹੋਊਗਾ ਮੈਂ 9 ਤੱਕ ਮੈਂ ਹੋਰ ਦੱਸਣ ਨੂੰ ਮੈਨੂੰ ਸਰਟੀਫਿਕੇਟ ਵੰਡਣ ਦੀ ਲੋੜ ਨਹੀਂ ਹੈਗੀ ਹੈ ਨਾ ਕਿ ਕੌਣਾ ਕੌਣ ਨਹੀਂ ਹੋਊਗਾ ਨਾ ਉਹਨੂੰ ਤਾਂ ਸਮਝ ਲੱਗ ਗਈ ਹੋਣੀ ਆ ਮੈਂ ਉਹ ਗੱਲ ਮੇਰੀ ਪਹਿਲਾਂ ਵੀ ਟੀ ਹੁਣ ਵੀ ਉਦਾਂ ਹੀ ਆ ਮੇਰਾ ਸੁਭਾ ਉਹਦਾਂ ਹੀ ਮਾਈਂਡ ਆ ਨਾ ਚਲੋ ਮੈਂ ਸਾਰੇ ਪਾਸੇ ਕਰਿਆ ਪਰ ਕੋਈ ਮੰਨਿਆ ਨਹੀਂ ਕਿਸੇ ਨੇ ਕਰਨ ਨਹੀਂ ਦਿੱਤਾ ਇਹ ਚੀਜ਼ ਜਮਈ ਹੈ ਨਾ ਚਲੋ ਫਿਰ ਵੀ ਮੈਂ ਕੋਈ ਪੈਲਿਸ ਪੁਲਿਸ ਨਹੀਂ ਕਰਾਇਆ ਮੈਂ ਆਪਣੇ ਦਮ ਤੇ ਆਪ ਘਰਾਂ ਪਾਰਟੀ ਕਰੀ ਆ ਸਾਰਾ ਕੁਝ ਕਰਿਆ ਠੀਕ ਆ ਕਿਉਂਕਿ ਮੇਰੀ ਸੋਚ ਸੀ ਕਿ ਮੈਂ ਆਪ ਤੰਗ ਰਹਿ ਸਕਦਾ ਮੈਂ ਕਿਸੇ ਮੇਰੇ ਕਰਕੇ ਕੋਈ ਤੰਗ ਨਾ ਰਹੇ ਠੀਕ ਆ ਫਾਈਨੈਂਸ਼ਲੀ ਹੋ ਗਿਆ ਜਾਂ ਉਦਾਂ ਵੀ ਮੈਂ ਆਪ ਤੰਗ ਰਹਿ ਲੂੰਗਾ ਮੈਂ ਕਿਸੇ ਹੋਰ ਨੂੰ ਬੰਦੇ ਨੂੰ ਤੰਗ ਨਹੀਂ ਕਰਦਾ ਹੈਗਾ ਮੇਰਾ ਸੁਭਾਅ ਐ ਇਦਾਂ ਦਾ ਠੀਕ ਆ ਬਾਕੀ ਨਮਾ ਆਪਾਂ ਨੇ ਇੱਕ ਸ਼ਾਰਟ ਗੀਤ ਪਾਇਆ ਸ਼ਾਰਟ ਦੇ ਵਿੱਚ ਉਹ ਤੁਸੀਂ ਸੁਣਿਓ ਮੇਰੀ ਜ਼ਿੰਦਗੀ ਦੀ ਹਕੀਕੀ ਹੈ ਨਾ ਗੱਲਬਾਤ ਆ ਉਹ ਸੱਚੀ ਗੱਲ ਆ ਮੈਂ ਜੋ ਕਰਦਾ ਮੈਂ ਸੱਚ ਬੋਲਦਾ ਝੂਠ ਤਾਂ ਮੈਨੂੰ ਆਤ ਨਹੀਂ ਹੈਗੀ ਥੋੜੇ ਬਹੁਤ ਕਦੇ-ਕਦੇ ਬੋਲ ਲਿਦਾ ਜਦੋਂ ਕਿਸੇ ਦੀ ਜਾਨ ਦਾ ਹੀ ਖਤਰਾ ਹੋਵੇ ਉਦੋਂ ਝੂਠ ਬੋਲਦਾ ਮੈਂ ਉਦਾਂ ਮੈਨੂੰ ਆਤ ਨਹੀਂ ਹੈਗੀ ਝੂਠ ਬੋਲਣ ਦੀ ਠੀਕ ਆ ਨਾ ਮੇਰੇ ਕੋਲ ਡੁਪਲੀਕੇਟ ਆ ਮੇਰੇ ਚ ਕੁਝ ਕਿ ਮੈਂ ਡੁਪਲੀਕੇਸੀ ਆ ਮੈਂ ਬਾਹਰ ਤੇ ਕੁਝ ਹੋਣਾ ਅੰਦਰ ਤੇ ਕੁਝ ਹੋਣਾ ਮੈਂ ਜੋ ਹੈਗਾ ਉਹ ਹੈਗਾ ਮੈਨੂੰ ਬਹੁਤੇ ਸਰਟੀਫਿਕੇਟ ਬੰਨਣ ਦੀ ਲੋੜ ਨਹੀਂ ਕਿਸੇ ਕਿਸੇ ਕੋ ਕੱਲੇ-ਕੱਲੇ ਕੋ ਜਾ ਕੇ ਕੰਮ ਆਏ ਆ ਮੈਂ ਆਏ ਆ ਆਏ ਆ ਠੀਕ ਆ ਹੁਣ ਟੱਕਰ ਹੁਣ ਲੋਕ ਚੈਲਸੀ ਕਰਦੇ ਆ ਜਾਂ ਹੁਣ ਤੱਕ ਲੋਕ ਉਹ ਕਰਦੇ ਆਹੀ ਗੱਲ ਦਾ ਕਿ ਇਹਨੇ ਕਿਉਂ ਐਦਾਂ ਕਰਿਆ ਕਿਉਂ ਨਹੀਂ ਕਰਾਇਆ ਐਦਾਂ ਤਕੜਾ ਪਿਆ ਇਹਦੇ ਕੋ ਸਾਰਾ ਕੁਝ ਹੈ ਜ਼ਮੀਨ ਜਾਇਦਾਦ ਹੈ ਰਬ ਵਗੈਰਾ ਨਾ ਯਾਰ ਮੇਰੀ ਸੋਚ ਆਹੋ ਮੈਂ ਆਪਣੀ ਸੋਚ ਨੂੰ ਨਹੀਂ ਨਾ ਬਦਲ ਸਕਦਾ ਜਿਵੇਂ ਤੁਸੀਂ ਆਪਣੀ ਸੋਚ ਨੂੰ ਨਹੀਂ ਬਦਲ ਸਕਦੇ ਤੁਹਾਨੂੰ ਆਦ ਤੱਕ ਦੂਏ ਦੇ ਕੰਮ ਚ ਟੰਗਾ ਪਸਾਉਣੀ ਆ ਠੀਕ ਆ ਤੁਹਾਨੂੰ ਆਦ ਤੱਕ ਚੁਗਲੀਆਂ ਕਰਨੀਆਂ ਆ ਦੂਏ ਦਾ ਕਾਰੋਬਾਰ ਦੇਖਣਾ ਹਾਏ ਉਹਨੇ ਇੰਨਾ ਚੱਕ ਲਿਆ ਉਹ ਐਂ ਕਰਦਾ ਪਲਾਣਾ ਕਰਦਾ ਠੀਕ ਆ ਤੁਸੀਂ ਆਪਣੇ ਵੱਲੇ ਭਾਈ ਦੇਖੋ ਆਪਣੀ ਮੰਜੀ ਥੱਲੇ ਸੋਟੀ ਮਾਰਲੇ ਕਰੋ ਠੀਕ ਆ ਹੋਰ ਨੂੰ ਦੇਖਣ ਨਾਲੋਂ ਮੇਰੀ ਆਤ ਤ ਨਹੀਂ ਹੈਗੀ ਕਿ ਮੈਂ ਟਾਈਮ ਬਰਬਾਦ ਕਰਾਂ ਕਿਸੇ ਪਰ ਮੈਨੂੰ ਬਹੁਤ ਕੰਮ ਆ ਠੀਕ ਆ ਹੋਰ ਬਹੁਤ ਕੰਮ ਆ ਹੋਰ ਕਰਨੇ ਆ ਜ਼ਿੰਦਗੀ ਦੇ ਵਿੱਚ ਹਾਂ ਗੱਲ ਮੇਨ ਇਹ ਆ ਗਈ ਕਦੇ ਵੀ ਜ਼ਿੰਦਗੀ ਦੇ ਵਿੱਚ ਹਨਾ ਆਉਣ ਵਾਲੇ ਟਾਈਮ ਦੇ ਵਿੱਚ ਮੇਰੇ ਕੋਲ ਡਾਡਾ ਪੈਸਾ ਆ ਗਿਆ ਜਿੰਨਾ ਵੀ ਮੈਂ ਆਪਣੇ ਸਹੁਰਿਆਂ ਤੇ ਪੈਸਾ ਲਵਾਇਆ ਠੀਕ ਆ ਜਿਹੜਾ ਵਿਆਹ ਹੋਇਆ ਜਾਂ ਕੁਝ ਵੀ ਹੋਇਆ ਉਹ ਮੈਂ ਸਣੇ ਵਿਆਜ ਉਹਨਾਂ ਨੂੰ ਮੋੜੂੰਗਾ ਇਹ ਮੇਰਾ ਪਤਾ ਮੈਨੂੰ ਸਕੂਨ ਆਉਣਾ ਮੇਰੇ ਅੰਦਰ ਹਨਾ ਜਿਹੜੀ ਅੱਗ ਬਲਦੀ ਆ ਮੈਂ ਬਹੁਤ ਅੱਗਾਂ ਬਲਦੀ ਆ ਮੇਰੇ ਅੰਦਰ ਮੈਨੂੰ ਟੇਕ ਨਹੀਂ ਹੈਗੀ ਆ ਚੀਜ਼ ਮੈਂ ਉਹਨਾਂ ਨੂੰ ਪੈਸੇ ਮੋੜਨੇ ਮੋੜਨੇ ਆ ਕਿਸੇ ਵੀ ਹਾਲਾਤ ਦੇ ਵਿੱਚ ਸਣੇ ਵਿਆਜ ਮੋੜੂੰਗਾ ਜਿੰਨਾ ਵੀ ਮੈਂ ਉਹਨਾਂ ਦਾ ਖਰਚਾ ਕਰਾਇਆ ਠੀਕ ਆ ਬਾਕੀ ਆਪਣੇ ਆਪ ਦੀ ਸੋਚ ਬਦਲੋ ਹਨ ਲੋਕ ਐਡਾ ਤਕੜਾ ਵਿਆਹ ਕਰਨ ਨੂੰ ਪਤਾ ਨਹੀਂ ਕੀ ਸਮਝਦੇ ਆਂ ਕੀ ਨਹੀਂ ਹੈਗੇ ਚਲੋ ਮੈਂ ਕਰਿਆ ਮੈਂ ਆਪਣੇ ਦਮ ਤੇ ਕਰਿਆ ਲੋਕੋ ਕਰਿਆ ਖਰਚਾ ਕਰਿਆ ਮੈਂ ਕਿਸੇ ਤੇ ਮੇਰੇ ਅਸਾਬ ਨਾਲ ਵਧੀਆ ਕਰਿਆ ਚਲੋ ਹਨਾ ਐਵਰੇਜ ਕਰਿਆ ਜਿਨੇ ਭੰਡਣਾ ਉਤਾ ਭੰਡ ਕੇ ਖਾ ਕੇ ਹਨਾ ਜਿਨੇ ਚੰਗਾ ਕਹਿਣਾ ਉਹ ਤਾਂ ਕਹਿ ਹੀ ਦਿੰਦਾ ਜਿਨੇ ਤੁਹਾਨੂੰ ਚੰਗਾ ਕਹਿਣਾ ਉਹਨੇ ਚੰਗਾ ਕਹਿਣੀ ਕਹਿਣਾ जिने ਮਾੜਾ ਕਹਿਣਾ ਉਹਨੇ ਕਹਿਣੇ ਕਹਿਣਾ ਚਾਹੇ ਉਹਦੇ ਪਿੱਛੇ ਤੁਸੀਂ ਜਾਨ ਦੇ ਦਿਓ ਥੋਡੇ ਫੁੱਲਾਂ ਵਾਲੇ ਦਿਨੇ ਉਹ ਕਹਿ ਦੂਗਾ ਕਿ ਫੁੱਤੂ ਬੰਦਾ ਹੈ ਤਾਂ ਠੀਕ ਹੈ ਬੇਸ਼ੱਕ ਤੁਸੀਂ ਉਹਦੇ ਪਿੱਛੇ ਮਰੇ ਹੋਇਓ ਇਹ ਗੱਲ ਆ ਇਹ ਦੁਨੀਆਦਾਰੀ ਆ ਮੈਂ ਬਹੁਤ ਚੰਗੀ ਤਰ੍ਹਾਂ ਜਾਣ ਚੁੱਕਿਆ ਇਹਨੂੰ ਕਿਸੇ ਪਿੱਛੇ ਕੋਈ ਕਰਨ ਦੀ ਲੋੜ ਨਹੀਂ ਆਪਣੇ ਆਪਣੇ ਨਾਲ ਖੜੋ ਬਸ ਤੁਸੀਂ ਠੀਕ ਆ ਥੋਡੇ ਨਾਲ ਥੋੜਾ ਪਰਛਾਵਾਂ ਹੋਊਗਾ ਦੁਨੀਆ ਨਹੀਂ ਹੋਊਗੀ ਕਦੇ ਵੀ ਥੋਡੇ ਮਰੇ ਤੇ ਬਾਅਦ ਤੁਹਾਡੀ ਚੰਗਿਆਈਆਂ ਕਰਨ ਵਾਲੇ ਹਜ਼ਾਰ ਲੋਕ ਮਿਲ ਜਾਣਗੇ ਥੋਡੇ ਜੋਦੇ ਜੀ ਤੁਹਾਡੀ ਇੱਕ ਵੀ ਪੋਜ਼ਿਟਿਵ ਚੀਜ਼ ਨਹੀਂ ਦੇਖਣੀ ਤੁਹਾਡੀਆਂ 네ਗਟਿਵ ਚੀਜ਼ਾਂ ਦੇਖਣੀਆਂ ਬੇਸ਼ੱਕ ਤੁਹਾਡੇ ਚੋਂ ਠੀਕ ਹੈ ਇੱਕ ਹੋਵੇ 네ਗਟਿਵ ਚੀਜ਼ 99 ਥੋੜੇ ਚ ਪੋਜ਼ਿਟਿਵ ਚੀਜ਼ਾਂ ਹੋਣ ਜਿਹੜੀ ਦੁਨੀਆਦਾਰੀ ਨੂੰ ਵਧੀਆ ਲੱਗਦੀਆਂ ਵਧੀਆ ਹੋਣ ਉਹ ਦੁਨੀਆਦਾਰੀ ਦੇ ਵਿੱਚ ਉਹ ਨਹੀਂ ਦੇਖਣੀ ਹੈਗੀ ਤੁਹਾਡੀ 네ਗਟਿਵ ਚੀਜ਼ ਦੇਖਣੇ ਕਿ ਇਹ ਨੇ ਤਵगुण ਕਿ ਹੈ ਆਪਣੇ ਆਪ ਦਾ ਸੁਧਾਰ ਕਰੋ ਹਨਾ ਇੱਕ ਦੋ ਤਿੰਨ ਚੀਜ਼ਾਂ ਹੋਰ ਤੁਸੀਂ ਵਿਆਹ ਜੱਟਾ ਜਿਹੜਾ ਜੱਟ ਹਨਾ ਜੱਟ ਜ਼ਿਮੀਦਾਰ ਕਿਸਾਨ ਕਦੇ ਫੇਲ ਨਹੀਂ ਹੁੰਦਾ ਉਹਨੂੰ ਦੋ ਤਿੰਨ ਚੀਜ਼ਾਂ ਜਿਹੜੀਆਂ ਫੇਲ ਕਰਦੀਆਂ ਮੈਂ ਮੰਨਦਾ ਨਹੀਂ ਹੈਗਾ ਕਿ ਹਾਂ ਕੋਈ ਖੇਤੀ ਕਰਨੇ ਵਾਲਾ ਜਾਂ ਕੋਈ ਡੈਰੀ ਫਾਰਮ ਵਾਲਾ ਜਾਂ ਕੋਈ ਵੀ ਕੁਛ ਹਨਾ ਕਿ ਕੰਮ ਕਰਦਾ ਕੋਈ ਵੀ ਕੰਮ ਕਰਦਾ ਟੈਕਸੀ ਡਰਾਈਵਰ ਹੈ ਰਾ ਵਗੈਰਾ ਹਨਾ ਕੁਝ ਵੀ ਆ ਉਹ ਬੰਦਾ ਕਦੇ ਵੀ ਮਾਰ ਨਹੀਂ ਖਾ ਸਕਦਾ ਦੋ ਤਿੰਨ ਚੀਜ਼ਾਂ ਨਾ ਕਰੇ ਜੇ ਤੁਸੀਂ ਬੈਂਕ ਤੋਂ ਕਰਜ਼ਾ ਚੱਕਿਆ ਠੀਕ ਆ ਖੇਤੀ ਲਈ ਤਾਂ ਉਹਨੂੰ ਖੇਤੀ ਤੇ ਹੀ ਵਰਤੋ ਨਾ ਕਿ ਕਿਸੇ ਹੋਰ ਪਾਸੇ ਜੇ ਤੁਸੀਂ ਡੈਰੀ ਫਾਰਮ ਲਈ ਕਰਜ਼ਾ ਚੱਕਿਆ ਤਾਂ ਆਪਣੇ ਡੰਗਰਾਂ ਤੇ ਹੀ ਇਨਵੈਸਟ ਕਰੋ ਨਾ ਕਿ ਤੁਸੀਂ بڑے بڑے ਸ਼ੈੱਡ ਪਾ ਲਓ ਠੀਕ ਆ ਗੱਡੀ ਲੈ ਲਓ ਨਾ ਵੀ ਉਹਦੇ ਪਰ ਨਾ ਵੇਸਟ ਕਰੋ ਕਦੇ ਵੀ ਤਿੰਨ ਚੀਜ਼ਾਂ ਨਾ ਕਰਿਓ ਕਰਜ਼ਾ ਚੱਕ ਕੇ ਵਿਆਹ ਨਾ ਕਰਿਓ ਚਾਹੇ ਕੁੜੀ ਦਾ ਚਾਹੇ ਮੁੰਡੇ ਦਾ ਕਰਜ਼ਾ ਚੱਕ ਕੇ ਕਦੇ ਵੀ ਮਕਾਨ ਨਾ ਪਾਇਓ ਕਰਜ਼ਾ ਚੱਕ ਕੇ ਘਰ ਵਾਸਤੇ ਤੁਸੀਂ ਗੱਡੀ ਨਾ ਲਾਇਓ ਬਾਕੀ ਕਰਜ਼ਾ ਚੱਕ ਕੇ ਖੇਤੀ ਦੇ ਵਿੱਚ ਇਨਵੈਸਟ ਕਰਦੋ ਠੀਕ ਆ ਠੇਕੇ ਦੀ ਜ਼ਮੀਨ ਲੈ ਲਿਓ ਕੋਈ ਚੱਕਰ ਨਹੀਂ ਤੁਹਾਨੂੰ ਇੰਨਾ ਨੁਕਸਾਨ ਨਹੀਂ ਹੁੰਦਾ ਤੁਸੀਂ ਡੰਗਰ ਲੈ ਲਿਓ ਠੀਕ ਆ ਤੁਸੀਂ ਕੋਈ ਵੀ ਦੁਕਾਨ ਖੋਲ ਲਿਓ ਕਰਜ਼ਾ ਚੱਕ ਕੇ ਥੋੜਾ ਉਹ ਕਰਜ਼ਾ ਸਾਲ 2 ਸਾਲ ਦੇ ਵਿੱਚ ਖਤਮ ਹੋ ਜਾਊਗਾ 2 ਸਾਲ ਬਸ ਬੜੀ ਹੱਦ 2 ਤੇ 4 ਨਹੀਂ ਹੁੰਦੇ 5 ਨਹੀਂ ਹੁੰਦੇ ਇਹ ਮੇਰਾ ਹੈਨਾ ਐਕਸਪੀਰੀਅנס ਆ ਜਰੂਰ ਵਿਚਾਰ ਕਰਿਓ ਠੀਕ ਆ ਕਰਜਾ ਚੱਕ ਕੇ ਤਿੰਨ ਚੀਜ਼ਾਂ ਨਾ ਕਰਿਓ ਜੇ ਤੁਸੀਂ ਠੀਕ ਆ ਫੇਲ ਹੋਣਾ ਚਾਹੁੰਦੇ ਹੋ ਤਾਂ ਇਹ ਤਿੰਨ ਚੀਜ਼ਾਂ ਕਰ ਲਿਓ ਤੁਸੀਂ ਥੋਡੀ ਬਰਬਾਦੀ ਜਮੀ ਨੇੜੇ ਤੇੜੇ ਆ ਬਾਕੀ ਆਪਣਾ ਝੋਨੇ ਦਾ ਸਾਰਾ ਕੰਮ ਨਿਬੜ ਗਿਆ ਰੇ ਵੀ ਆਪਾਂ ਨੇ ਪਾਤਾ ਇੱਕ ਵਾਰ ਇੱਧਰ ਪਾਤਾ ਉੱਧਰ ਰਹਿੰਦਾ ਉੱਧਰ ਪਾ ਦਿੰਗੇ ਮੀਂਹ ਦੇਖਦਾ ਆਬਲਾ ਮੀਂਹ ਤੇ ਪਹਿਲਾਂ ਹੀ ਪਾ ਦਣਾ ਜਿਹੜੀਆਂ ਜੀਰੀਆਂ ਆਪਾਂ ਨੇ ਮੀਂਹ ਤੇ ਪਹਿਲਾਂ ਲਾਈਆਂ ਹੋਈਆਂ ਜਾਂ ਮੀਂਹ ਦੇ ਮੌਸਮ ਜਿਹੜਾ ਕੈਂਟਤਾ ਹਨਾ ਸੁਆਨਾ ਮੌਸਮ ਤਾਂ ਉਹਦੇ ਵਿੱਚੋਂ ਜਮੇ ਉੱਪਰ ਤੇ ਜਮੇ ਜਲੀਆਂ ਨਹੀਂ ਹੈਗੀਆਂ ਜਿਦਾਂ ਤੇਰਪੀਆਂ ਉੱਥੇ ਤੇ ਉਹ ਜਿਹੜੀਆਂ ਹੁਣ ਆਪਾਂ ਨੇ ਥੋੜੀ ਜਿਹੀ ਗਰਮੀ ਚ ਲਾਈਆਂ ਉਹ ਥੋੜੀ ਥੋੜੀਆਂ ਜਲਦੀਆਂ ਹੌਲੀ ਹੌਲੀ ਖੜੀਆਂ ਹੁੰਨੀਆਂ ਹੌਲੀ ਹੌਲੀ ਦੁਬਾਰੇ ਫੇਰ ਹਨਾ ਇੱਕ ਵਾਰ ਮਾਰ ਕੇ ਫੇਰ ਜੁੰਨੀਆਂ ਹੁੰਨੀਆਂ ਬਾਕੀ ਤੁਸੀਂ ਜੇ ਸੁਪਰਪਾਉਨ ਡਾਇਰ ਸੁਪਰ ਦੇ ਵਿੱਚੋਂ ਸੁਪਰ ਬੈਸਟ ਆ ਤੁਸੀਂ ਸੁਪਰ ਪਾ ਸਕਦੇ ਆ ਠੀਕ ਆ ਜਿੰਕਾ ਜ਼ਿੰਕ ਤੁਸੀਂ ਜਰੂਰ ਪਾਇਓ ਆਪਣੇ ਖੇਤਾਂ ਦੇ ਵਿੱਚ ਉਹ ਵੀ ਬੈਸਟ ਆ ਠੀਕ ਆ ਬਾਕੀ ਜੁੰਦੇ ਬਾਦ ਦੇ ਰਹੋ ਆ ਮੇਨ ਗੱਲ ਆ ਕਿ ਭਾਈ ਜੋ ਹੈਗਾ ਮੈਂ ਹੈਗਾ ਮੈਨੂੰ ਕੋਈ ਕਿਸੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਵੀ ਆਪਣੀ ਸੋਚ ਨੂੰ ਮੜਾ ਹੈ ਨਾ ਬਦਲੋ ਮੈਂ ਤਾਂ ਪਤਾ ਨਹੀਂ ਕਿ ਕਿਦਾਂ ਹਨਾ ਇਹ ਬਦਲ ਹੋ ਗਈ ਕਿਦਾਂ ਵਧੀਆ ਚੀਜ਼ ਹੈ ਹਨਾ ਫੇ ਉੱਪਰ ਵਾਲਾ ਹੀ ਜਾਣਦਾ ਹਨਾ ਕਰੇ ਕਰਾਵੇ ਆਪੇ ਆਪ ਮੇਰੇ ਚ ਇਹਦੇ ਚ ਮੇਰਾ ਕੋਈ ਹੱਥ ਨਹੀਂ ਹੈਗਾ ਉਹ ਉੱਪਰ ਵਾਲਾ ਕਰਾ ਰਿਹਾ ਜੋਗੋ ਕਰਾ ਰਿਹਾ ਮੈਂ ਇੰਨਾ ਜ਼ਿਆਦਾ ਹੁਣ ਪਤਾ ਨਹੀਂ ਕਾਹਤੇ ਧਾਰਮਿਕ ਹੋਈ ਜਾਂਦਾ ਦਿਨ ਪਰ ਦਿਨ ਬਹੁਤ ਆ ਜ਼ਿਆਦਾ ਧਾਰਮਿਕ ਹੋ ਗਿਆ ਮੈਂ ਮੈ ਤਾਂ ਬਹੁਤ ਹੀ ਉਹ ਹੋ ਗਿਆ ਕਿ ਕਰਾਉਣੇ ਵਾਲਾ ਉਹੀ ਆ ਜੇ ਮੈਂ ਕਿਸੇ ਨੂੰ ਕੁਝ ਕਹਿਣਾ ਹੈ ਨਾ ਚੰਗਾ ਕਹਿਣਾ ਮਾੜਾ ਕਹਿਣਾ ਗੁੱਸਾ ਨਾ ਕਰੇ ਕਰੋ ਉਹ ਉੱਪਰ ਵਾਲਾ ਕਰਾਉਣੇ ਵਾਲਾ ਉਹੀ ਕਰਾਉਂਦਾ ਸਾਰਾ ਕੁਝ ਉਹਦੀ ਪਤਾ ਨਹੀਂ ਕੀ ਹੈ ਨਾ ਹੋਵਾ ਕੀ ਕੀ ਹੋਣਾ ਮੇਰੇ ਨਾਲ ਕੀ ਪਤਾ ਬਹੁਤ ਹੀ ਚੰਗਾ ਹੋਣਾ ਹੋਵੇ ਮੈਂ ਤਾਂ ਇਦਾਂ ਕਰਦਾ ਕੀ ਪਤਾ ਮੇਰੇ ਨਾਲ ਉਹੀ ਮਾੜਾ ਹੋਣਾ ਹੋਵੇ ਕਿ ਮੈਂ ਤਾਂ ਕਰਦਾ ਇਦਾਂ ਕਿ ਕਿਹੜੇ ਪਾਸੇ ਨੂੰ ਨੇ ਜ਼ਿੰਦਗੀ ਦਾ ਮੋੜ ਕੱਟਣਾ ਹੈ ਨਾ ਮੈਂ ਮੰਨੇ ਕੋਈ ਸ਼ੌਂਕ ਨਹੀਂ ਦਾ ਬਲੌਗ ਬਣਾਉਣ ਦਾ ਇਹ ਪਤਾ ਨਹੀਂ ਕਿੱਥੇ ਤੇ ਥਿਉਰੀ ਆ ਗਈ ਦਿਮਾਗ ਦੇ ਵਿੱਚ ਕਿ ਬਲੌਗ ਬਣਾਈਏ ਕਿੱਥੇ ਤੇ ਗੱਲ ਆ ਗਈ ਹੈ ਨਾ ਮੇਰਾ ਜਮੀ ਹੋ ਨਹੀਂ ਤਾ ਹੈਗਾ ਮੈਂ ਹੋਰ ਪਟੇ ਦਾ ਬੰਦਾ ਦਾ ਜਮੀ ਬਹੁਤ ਡਾਊਨ ਟੂ ਅਰਥ ਹੈ ਨਾ ਜਾਂ ਜਮੀ ਸਾਦੇ ਸੁਭਾਅ ਵਾਲਾ ਪਤਾ ਨਹੀਂ ਇਹ ਥੋੜਾ ਜਿਹਾ ਸੁਭਾਅ ਪਤਾ ਨਹੀਂ ਕਿਦਾਂ ਹੈ ਨਾ ਖਰਨਾਇਕ ਜਾ ਹੋ ਗਿਆ ਉਦਾਂ ਅਸੂਲ ਮੇਰੇ ਉਹੀ ਆ ਉਹੀ ਸਾਰਾ ਕੁਝ ਆ ਮੈਂ ਖਰਨਾਇਕ ਜਾਂ ਹੋ ਗਿਆ ਥੋੜਾ ਜਿਹਾ ਸੁਭਾਅ 'ਚ ਦੇ ਵਿੱਚ ਬਹੁਤ ਬਦਲੀ ਆਈ ਹੈ ਮੇਰੇ ਬਹੁਤ ਜ਼ਿਆਦਾ ਜਮੀਨ ਅਸਮਾਨ ਦਾ ਫਰਕ ਪੈ ਗਿਆ ਜਿਹੜੇ ਮੈਨੂੰ ਪਹਿਲਾਂ ਜਾਣਦੇ ਆ ਉਹਨਾਂ ਨੂੰ ਤਾਂ ਪਤਾ ਕਿ ਮੈਂ ਕਿੱਦਾਂ ਦਾ ਬੰਦਾ ਤਾਂ ਹੈ ਨਾ ਇਹ ਦੁਨੀਆਦਾਰੀ ਨੇ ਮੈਨੂੰ ਚੇਂਜ ਕਰਿਆ ਲੋਕ ਲੋਕ ਆ ਨਾ ਜਿਹੜੇ ਲੋਕ ਉਹਨਾਂ ਨੇ ਚੇਂਜ ਕਰਤਾ ਮੈਨੂੰ ਪਰਾਇਆਂ ਨੇ ਨਹੀਂ ਪਰਾਇਆਂ ਨੇ ਮੇਰੇ ਆਪਣੇ ਆਂ ਨੇ ਕਾਫੀ ਹਨਾ ਮੇਨਾਂ ਮਾੜਾ ਕਰਿਆ ਟਰੀਟ ਉਹਦੇ ਨਾਲ ਮੇਰਾ ਸੁਭਾਅ ਹੁਣ ਤੇ ਥੋੜੇ ਜਿਹੇ ਟਾਈਮ ਤੇ ਮੇਰਾ ਇੰਨਾ ਚੇਂਜ ਹੋ ਗਿਆ ਮੈਂ ਆਪਣੇ ਆਪ 'ਚ ਬਹੁਤ ਜ਼ਿਆਦਾ ਮਾਸਤਾ ਘੈਂਟ ਜ਼ਿੰਦਗੀ ਬਣੀ ਪਈ ਹੁਣ ਬਹੁਤ ਸਾਰਾ ਜ਼ਿੰਦਗੀ ਆ ਯਾਰ ਨਾ ਮੈਂ ਹੋਰ ਕਿਸੇ ਨਾਲ ਵਰਤਦਾ ਮੇਰਾ ਰੱਬ ਨਾਲ ਕਾਰੋਬਾਰ ਠੀਕ ਹੈ ਜੀ ਚੰਗਾ ਸਸਰੀਕਾਲ ਸਾਰਿਆਂ ਨੂੰ ਬਲੌਗ ਨੂੰ ਸਪੋਰਟ ਕਰਨ ਲਈ ਬਹੁਤ ਬਹੁਤ ਧੰਨਵਾਦ ਲਵ ਜੂ ਆ ਬਾਕੀ ਨਵੀਂ ਨਵੀਂ ਚੀਜ਼ਾਂ ਲੈ ਕੇ ਆਉਂਗਾ ਹੁਣ ਮੈਂ ਫ੍ਰੀ ਆ ਮਾਰਦੇ ਕਿਤੇ ਢੇੜਾ ਛੇੜਾ ਜਾਂ ਇੱਧਰ ਤੁਹਾਨੂੰ ਹੋਰ ਆਈਟਮਾਂ ਦਿਖਾਉਂਗਾ ਵਧੀਆ ਵਧੀਆ ਸਸਰੀਕਾਲ